ਸਭ ਦੇਖਣ ਵਾਲਿਆਂ ਨੂੰ ਜੀ ਅਸਲਾਮੁ ਅਲੈਕਮ। ਤਾਂ ਜਨਾਬ ਤੁਹਾਨੂੰ ਆਹ ਮਸ਼ੀਨ ਚੱਲਦੀ ਪਈ ਆ ਇੱਟਾਂ ਬਣਾਉਣ ਵਾਲੀ। ਅੱਗੇ ਹੱਥਾਂ ਨਾਲ ਇੱਟਾਂ ਬਣਦੀਆਂ ਸੀ ਜਨਾਬ, ਆ ਹੁਣ ਇੱਟਾਂ ਬਣਦੀਆਂ ਮਸ਼ੀਨਾਂ ਨਾਲ। ਆ ਦੇਖੋ ਮਸ਼ੀਨ ਚੱਲਦੀ ਪਈ ਆ, ਇਸ ਮਸ਼ੀਨ ਦੇ ਨਾਲ 8-10 ਬੰਦੇ ਉੱਤੇ ਕੰਮ ਕਰ ਰਹੇ ਆ ਜੀ, ਇਹਨਾਂ ਨਾਲ ਇੱਟਾਂ ਬਣਾ ਰਹੇ ਆ। ਦੇਖੋ ਆ ਮਿੱਟੀ ਧੱਕਦੀ ਹੈ, ਪਿੱਛੋਂ ਧੱਕਦੀ, ਅੱਗੇ ਚਲੀਆਂ ਜਾਂਦੀਆਂ, ਚਾਰ ਇੱਟਾਂ ਇਹਦੇ ਨਾਲ ਬਣ ਜਾਂਦੀਆਂ ਵਾ। ਆ ਦੇਖੋ ਬਣ ਕੇ ਤਿਆਰ ਹੋ ਰਹੀਆਂ, ਮਸ਼ੀਨ ਦੇ ਵਿੱਚ ਹੀ ਪ੍ਰੈਸ ਹੁੰਦੀਆਂ, ਬੜੀ ਪੱਕੀ ਇੱਟ ਬਣਦੀ। ਪਹਿਲਾਂ ਤਾਂ ਲੋਕ ਬਣਾਉਂਦੇ ਸੀ ਮਿੱਟੀ ਨਾਲ, ਉਹ ਹੱਥਾਂ ਨਾਲ ਸੱਚੇ ਹੁੰਦੇ ਸੀਗੇ, ਹੁਣ ਆ ਮਸ਼ੀਨ ਆ ਗਈ ਆ, ਮਸ਼ੀਨਾਂ ਨਾਲ ਬਣਾਉਂਦੇ ਆ। ਪਿਛਲੀ ਸਾਈਡ 'ਤੇ ਦੇਖੋ ਬਲਾਰਸ ਗੱਡੀ ਲੱਗੀ 510, ਇਹ ਧੱਕ ਕੇ ਲਿਆਉਂਦੀ ਫਰੰਟ ਮਿੱਟੀ ਨਾਲ। ਉੱਤੇ ਮਸ਼ੀਨ ਦੇ ਉੱਤੇ ਆ ਵੇਖੋ ਜੀ ਬੰਦਾ, ਦੋ ਖਲੋਤੇ ਹੁੰਦੇ ਆ, ਇਹ ਟੱਪਿਆਂ ਨਾਲ, ਕਈ ਦਿਆਂ ਟੱਪਿਆਂ ਨਾਲ ਚੁੱਕ ਚੁੱਕ ਵਿੱਚ ਇਹਨੂੰ ਸੁੱਟੀ ਜਾਂਦੇ ਆ। ਆ ਦੇਖੋ ਗੱਡੀ ਦੇ ਟਾਇਰ ਦੇ ਉੱਤੇ ਸ਼ਾਫਟ ਫਿੱਟ ਕੀਤੀ ਹੈ ਜੀ, ਥੱਲੇ ਸਾਈਡ 'ਤੇ ਚੁੱਕ ਕੇ ਨਾ ਗੱਡੀ ਨੂੰ। ਆ ਦੇਖੋ ਇਹ ਲੈਂਕਾਂ ਦੇ ਥੱਲੇ ਇੱਟਾਂ ਦਿੱਤੀਆਂ ਵਾ, ਟਾਇਰ ਦੋਵੇਂ ਨਿਊਟਰਲ ਕੀਤੇ ਆ, ਇਹਨਾਂ ਦੇ ਉਗਲੀ ਸਾਈਡ 'ਤੇ ਸ਼ਾਫਟ ਫਿੱਟ ਕੀਤੀ, ਗੁੱਲਾ ਬਣਾ ਕੇ ਸ਼ਾਫਟ ਘੁੰਮ ਰਹੀ ਟਰੈਕਟਰ ਦੇ ਉੱਤੇ, ਅੱਗੋਂ ਮਸ਼ੀਨ ਚੱਲਦੀ ਪਈ ਆ। ਆ ਦੇਖੋ ਪੁਰਾਣਾ ਮਾਡਲ ਆ ਤਕਰੀਬਨ, ਕੋਈ ਬਾਬੇ ਗਾਂਧੀ ਵੀ ਕਹਿ ਦਿਆ ਜਾਂਦੇ ਵੇਲੇ ਦਾ, ਉਹਦੇ ਉੱਤੇ ਫਿੱਟ ਕੀਤਾ ਮੁਕੰਮਲ ਸਿਸਟਮ। ਮਿੱਟੀ ਪਾ ਰਿਹਾ ਬੰਦਾ ਖੜ੍ਹਾ ਮਸ਼ੀਨ ਦੇ ਉੱਤੇ, ਅਤੇ ਜਿਵੇਂ ਗਰਮਾ ਨਹੀਂ ਹੁੰਦਾ, ਧੱਕੀ ਹੁੰਦਾ ਅਤੇ ਮਿੱਟੀ ਗਾਂਹ ਟਰੀ ਜਾਂਦੀ, ਪ੍ਰੈਸ ਹੋ ਕੇ ਉਹ ਦੇਖੋ ਜੀ ਅੱਗੇ ਨੂੰ ਜਾ ਰਹੀ ਆ, ਇੱਟਾਂ ਬਣ ਰਹੀਆਂ। ਬੰਦਾ ਪਿੱਛੋਂ ਇਹ ਜਿਵੇਂ ਹੁੰਦਾ ਗੇਅਰ ਜਿਹਾ, ਬੰਦਾ ਉਹਨਾਂ ਦਾ ਧੱਕਦਾ ਪਰਨ ਕੱਢੀ ਜਾਂਦਾ ਅਗਲੀ ਸਾਈਡ ਦੇ ਉੱਤੇ, ਰੇਹੜੀਆਂ ਲੱਗੀਆਂ ਵਾ। ਦੇਖੋ ਗੱਡੀ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ, ਉਹ ਵੇਖੋ ਅੱਗੇ ਸਾਰਾ ਸਿਸਟਮ ਮਸ਼ੀਨ ਦਾ। ਦੇਖੋ ਪੈਰ ਤਾਂ ਚੁੱਕੇ ਆ ਜੀ, ਆਹ ਫਿਟਿੰਗ ਹੋਈ ਆ ਪੂਰੀ ਮਸ਼ੀਨ ਦੀ। ਅਗਲੀ ਸਾਈਡ 'ਤੇ ਦੇਖੋ ਰੇਹੜੀ ਲੱਗੀ ਹੋਈ ਆ, ਰੇਹੜੀ ਦੇ ਉੱਤੇ ਇੱਟਾਂ ਜਾ ਰਹੀਆਂ ਵਾ, ਸਾਰੀਆਂ ਇੱਟਾਂ ਦੇ ਉੱਤੇ ਉਹਨਾਂ ਨੂੰ ਚੁਣੀ ਜਾਂਦੇ। ਬੰਦਾ ਅੱਗੋਂ ਰੇਹੜੀ ਨੂੰ ਧੱਕ ਕੇ ਲੈ ਜਾਂਦਾ, ਦੂਸਰੀ ਸਾਈਡ ਦੇ ਉੱਤੇ ਖੜੀ ਕਰ ਆਉਂਦਾ ਵਾ, ਇੱਥੇ ਘੋੜੀਆਂ ਬਣਾ ਆਉਂਦਾ, ਚਿਣ ਆਉਂਦਾ ਵਾ, ਦੂਸਰੀ ਰੇਹੜੀ ਆਣ ਕੇ ਲੱਗ ਗਈ ਆ। ਤੁਹਾਨੂੰ ਦਿਖਾ ਰਿਹਾ ਚਾਰ ਚੁਫੇਰੇ ਇੱਟਾਂ ਇੱਟਾਂ ਪਈਆਂ, ਸਭ ਇੱਟਾਂ ਹੀ ਪਈਆਂ ਜੀ, ਨਾਲ ਬੜਾ ਪੱਕਾ ਇਲਾਕਾ, ਕਮਾਦ ਵੀ ਇੱਥੇ ਹੁੰਦਾ ਜੀ, ਕੱਚੇ ਦਾ ਇਲਾਕਾ ਇਹ, ਗ੍ਰਹਿ ਸਿੰਘ ਦਾ ਏਰੀਆ, ਉਹ ਇੱਟਾਂ ਭਾਈ ਹੁਣ ਪਰੇ ਰੱਖੀ ਜਾਂਦੇ ਆ। ਦੇਖੋ ਜੀ ਨਾਲ ਇੱਟਾਂ ਇੱਟਾਂ ਪਈਆਂ ਵਾ, ਇਧਰਲੀ ਸਾਈਡ 'ਤੇ ਮਿੱਟੀ ਵੀ ਆ ਪਈ। ਮਸ਼ੀਨ ਤੁਹਾਨੂੰ ਦਿਖਾ ਰਹੇ ਹਾਂ, ਪਰਲੀ ਸਾਈਡ 'ਤੇ ਭੱਠਾ ਦਾ, ਜਿਹਨੇ ਇੱਟਾਂ ਚੁਣਦੇ ਆ।